ਇਹ ਜੀ ਸਾਨੂੰ ਅੱਜ ਸਵੇਰੇ ਪਤਾ ਲੱਗਾ ਹੈ ਵੀ ਇਹ ਮੁੰਡਾ ਜਿਹੜਾ ਸੀ ਇਹ ਕਰਦਾ ਸੀ, ਲੱਕੜ ਦਾ ਕੰਮ ਕਰਦਾ ਸੀ ਜੀ, ਜਿਹੜਾ ਅੰਮ੍ਰਿਤਪਾਲ ਸਿੰਘ ਹੈ, ਅਤੇ ਇਹਦੇ ਨਾਲ ਇੱਕ ਹੈਲਪਰ ਦੇ ਤੌਰ 'ਤੇ ਮੁੰਡਾ ਗਿਆ ਜਿਹਨੂੰ ਪੰਮਾ ਪੰਮਾ ਕਹਿੰਦੇ ਨੇ, ਉਹ ਵੀ ਸਾਡੇ ਪਿੰਡ ਦਾ ਵਸਨੀਕ ਹੈ, ਅਤੇ ਦੋਵੇਂ ਜਾਣੇ ਉੱਥੇ ਜੰਮੂ ਆਪਣਾ ਕਸ਼ਮੀਰ ਦੇ ਵਿੱਚ ਜਾ ਕੇ ਲੱਕੜ ਦਾ ਕੰਮ ਕਰਦੇ ਸੀ, ਅਤੇ ਉੱਥੇ ਕੋਈ ਲੱਗਾ ਹੈ ਪਤਾ ਵੀ ਮਿਲੀਟੈਂਟ ਹਮਲਾ ਹੋਇਆ, ਅਤੇ ਉਹਦੇ ਵਿੱਚ ਇਹਨਾਂ ਦੀ ਦੋਵਾਂ ਦੀ ਡੈਥ ਹੋ ਗਈ। ਬਾਕੀ ਬੰਦੇ ਬੜੇ ਗਰੀਬ ਪਰਿਵਾਰ ਆ, ਅਤੇ ਇਹਨਾਂ ਨੂੰ ਕੋਈ ਨਾ ਕੋਈ ਹੈਲਪ ਗੌਰਮੈਂਟ ਨੂੰ ਵੀ ਮਿਲਣੀ ਚਾਹੀਦੀ ਹੈ। ਬੜਾ ਤਗੜਾ ਨੁਕਸਾਨ ਹੋਇਆ ਇਹਨਾਂ ਦਾ, ਅਤੇ ਜਿਹੜਾ ਨਾਂ ਪੂਰਾ ਵਣਜੋਗੀ ਹੈ, ਅਤੇ ਅਸੀਂ ਤਾਂ ਇਹੋ ਬੇਨਤੀ ਕਰਦੇ ਹਾਂ ਗੌਰਮੈਂਟ ਅੱਗੇ, ਪੰਜਾਬ ਗੌਰਮੈਂਟ ਅੱਗੇ ਵੀ ਅਤੇ ਸੈਂਟਰ ਗੌਰਮੈਂਟ ਅੱਗੇ ਵੀ ਇਹਨਾਂ ਦੀ ਕੋਈ ਵੀ ਬਣਦੀ ਜੋ ਵੀ ਆ ਯੋਗ ਇਹਨਾਂ ਨੂੰ, ਇਹਨਾਂ ਦੀ ਹੈਲਪ ਜ਼ਰੂਰ ਕੀਤੀ ਜਾਵੇ। ਪਰਿਵਾਰਕ ਹਾਲਾਤ ਕੀ ਨੇ ਇਹਨਾਂ ਦੇ? ਬਹੁਤ ਕਹੀਏ ਵੀ ਖੁਦ ਤੁਹਾਡੇ ਸਾਹਮਣੇ ਆ ਜੀ, ਦਿਸਣੀ ਦਿਆ ਆ, ਮਤਲਬ ਗੁਜ਼ਾਰਾ ਹੀ ਚੱਲਦਾ ਜੀ। ਦਿਹਾੜੀ ਡੱਪਾ ਕਰਨ ਮੁੰਡਾ ਗਿਆ ਸੀ, ਅਤੇ ਜਾਂਦੇ ਹੀ ਉਹਦੀ ਵਿਚਾਰੇ ਦੀ ਹੁਣ ਕੀ ਕਹਿ ਸਕਦੇ ਹਾਂ, ਨੁਕਸਾਨ ਬਹੁਤ ਜ਼ਿਆਦਾ ਵੱਡਾ ਆ, ਜਿਹੜਾ ਨਹੀਂ ਪੂਰਾ ਸਕਦਾ। ਅਤੇ ਕੀ ਉਹਨਾਂ ਨੂੰ ਕੀ ਜਵਾਬ ਆ ਜਿਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ? ਨਹੀਂ, ਉਹਨਾਂ ਨਾਲ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਜੋ ਉਹਨਾਂ ਨੇ ਕੀਤਾ ਹੈ, ਕਦੀ ਵੀ ਕਿਸੇ ਧੀ ਪੁੱਤ ਨਾਲ ਹੋਣਾ ਨਹੀਂ ਚਾਹੀਦਾ, ਕਿਸੇ ਮਾਂ ਪਿਓ ਨੂੰ ਇਹੋ ਜਿਹਾ ਸਮਾਂ ਵੇਖਣਾ ਨਾ ਪਵੇ ਜੀ। ਹਰ ਇੱਕ ਨੂੰ ਮਾਂ ਪਿਓ ਨੂੰ ਆਸ ਹੁੰਦੀ ਹੈ ਜੀ, ਮੇਰਾ ਧੀ ਪੁੱਤ ਜਵਾਨ ਹੋਵੇ, ਕੋਈ ਨਾ ਕੁਝ ਕਰਦੇ, ਉਹਦੀ ਹੈਲਪ ਕਰਦਾ ਆ, ਹੱਥ ਵਟਾਉਂਦਾ ਜੀ, ਅਤੇ ਜਵਾਨ ਬੱਚਾ ਉਹਦੀ ਮੰਗਣੀ ਹੋਈ ਹੈ ਜੀ। ਅਤੇ ਇਹੋ ਜਿਹੇ ਜਿਹੜੇ ਅਨਸਰ ਆ, ਇਹਨਾਂ ਨਾਲ ਤਾਂ ਨੱਥ ਪਾਉਣੀ ਚਾਹੀਦੀ ਆ ਗੌਰਮੈਂਟ ਨੂੰ ਜੀ। ਜਿਹੜੇ ਮੁੰਡੇ ਦੋਵੇਂ ਗਏ ਨੇ ਸੀ ਕੰਮਕਾਜ ਵਾਸਤੇ ਸ਼੍ਰੀਨਗਰ ਵਿੱਚ, ਅਤੇ ਅੱਤਵਾਦੀਆਂ ਨੇ ਹਮਲਾ ਕਰਕੇ ਇਹਨਾਂ ਦੋਵਾਂ ਦੀ ਮੌਤ ਹੋ ਗਈ ਆ। ਬਾਕੀ ਮਾਂ ਪਿਓ ਨੂੰ ਸਰਕਾਰ ਵੱਲੋਂ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ, ਗਰੀਬ ਪਰਿਵਾਰ ਆ। ਇਹ ਸਾਡੀ ਪਿੰਡ ਵਾਲਿਆਂ ਦੀ ਇਹੋ ਗੁਜ਼ਾਰਿਸ਼ ਆ ਕਿ ਗੌਰਮੈਂਟ ਇਹਨਾਂ ਦਾ ਹੱਥ ਫੜੇ ਅਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹਨਾਂ ਦੀ। ਕਦੋਂ ਗਏ ਸੀ ਇਹ? ਇਹ ਜੀ ਪਰਸੋਂ ਹੀ ਗਏ ਜੇ, ਅਤੇ ਕੱਲ੍ਹ ਅੱਜ ਸਾਨੂੰ ਅੱਜ ਸਵੇਰੇ ਪਤਾ ਲੱਗਾ ਵੀ ਇਹਨਾਂ ਦੀ ਡੈਥ ਹੋ ਗਈ ਹੈ। ਅਤੇ ਕੀ ਮਜ਼ਦੂਰ ਸੀ, ਕਰ ਕੀ ਕਰਦੇ ਸੀ? ਹਾਂਜੀ ਹਾਂਜੀ, ਮਜ਼ਦੂਰੀ ਦਾ ਕੰਮ ਕਰਦੇ ਸੀ, ਲੱਕੜ ਦਾ ਕੰਮ ਕਰਦੇ ਸੀਗੇ। ਕਰੀ ਕਾਰਵਾਈ ਹੋਣੀ ਚਾਹੀਦੀ। ਹਾਂਜੀ, ਗੌਰਮੈਂਟ ਨੂੰ ਇਹੋ ਹੈਗਾ ਵੀ ਉਹਨਾਂ ਜਿਹਨਾਂ ਨੇ ਕੰਮ ਕੀਤਾ ਆ, ਉਹਨਾਂ ਦੀ ਸਖ਼ਤ ਸਖ਼ਤ ਕਾਰਵਾਈ ਹੋਵੇ ਅਤੇ ਇਹਨਾਂ ਦੀ ਮਦਦ ਕੀਤੀ ਜਾਵੇ। ਅਤੇ ਪ੍ਰਸ਼ਾਸਨ ਵੱਲੋਂ ਮੇਰੀ ਡਿਊਟੀ ਇੱਥੇ ਡੈੱਡ ਬੋਡੀ ਰਿਸੀਵ ਕਰਨ 'ਤੇ ਲਗਾ ਰਹੀ ਸੀ, ਅਤੇ ਬੜੀ ਮੰਦਭਾਗੀ ਘਟਨਾ ਜੀ ਅੱਜ ਕਿ ਸਾਡੇ ਜਿਹੜੇ ਦੋ ਨੌਜਵਾਨ ਸੀ ਪਿੰਡ ਚਮਿਆਰੀ ਤੋਂ, ਉਹਨਾਂ ਦੀ ਡੈੱਡ ਬੋਡੀ ਅੱਜ ਇੱਥੇ ਆਈ ਹੈ, ਅਤੇ ਟੈਰਰਿਸਟ ਅਟੈਕ ਵਿੱਚ ਇਹ ਅਟੈਕ ਹੋਣ ਤੋਂ ਬਾਅਦ ਇਹਨਾਂ ਦੀ ਡੈੱਥ ਹੋਈ ਹੈ। ਅਤੇ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਅਤੇ ਸਰਕਾਰ ਪੰਜਾਬ ਸਰਕਾਰ ਵੱਲੋਂ ਪੂਰੀ ਸਹਾਇਤਾ ਪਰਿਵਾਰ ਨਾਲ ਕੀਤੀ ਜਾਊਗੀ ਜੀ। ਅਤੇ ਬਾਕੀ ਦੂਜੀ ਜਿਹੜੀ ਡੈੱਡ ਬੋਡੀ ਹੈ ਰੋਹਿਤ ਦੀ, ਉਹ ਵੀ ਡੀ ਸਾਹਿਬ ਉੱਥੇ ਕੰਟੈਕਟ ਕਰਕੇ ਉਹਦੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਜੋ ਵੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਾਇਤਾ ਹੋਊਗੀ ਉਹ ਕੀਤੀ ਜਾਵੇਗੀ।